ਮੈਨੂੰ ਨਾ ਕਦੇ ਕਦੇ ਐਂ ਹੁੰਦਾ ਯਾਰ ਵੀ ਜਿਹੜੇ ਬੰਦਿਆਂ ਦੇ ਸੁਪਨੇ ਛੋਟੇ ਨੇ ਨਾ ਉਹ ਬਹੁਤ ਘੈਂਟ ਜ਼ਿੰਦਗੀ ਜਿਉਂਦੇ ਨੇ ਯਾਰ। ਮਤਲਬ ਵੀ ਛੋਟੇ ਸੁਪਨੇ ਹੁੰਦੇ ਨੇ, ਥੋੜ੍ਹੀ ਮਿਹਨਤ ਕਰਦੇ ਨੇ ਉਹ ਸੁਪਨੇ ਪੂਰੇ ਹੋ ਜਾਂਦੇ ਨੇ, ਘੈਂਟ ਜਿਹੀ ਲਾਈਫ ਜਿਉਂਦੇ ਨੇ, ਠੀਕ ਆ। ਮਤਲਬ ਠੀਕ ਆ, ਬਟ ਯਾਰ ਇਹ ਨਾ ਆਪਣੇ ਹੱਥ 'ਚ ਨਹੀਂ ਹੈਗਾ ਵੀ ਆਪਣੇ ਸੁਪਨੇ ਬੜੇ ਨੇ ਜਾਂ ਛੋਟੇ ਨੇ, ਵੀ ਆਪਣੀ ਸੋਚ ਛੋਟੀ ਆ ਜਾਂ ਬੜੀ ਆ। ਦੇਖੋ ਛੋਟੀ ਸੋਚ ਕੁਛ ਨਹੀਂ ਹੁੰਦਾ ਹੈਗਾ, ਠੀਕ ਹੈ ਨਾ। ਆਪਣੇ ਹਿਸਾਬ ਨਾਲ ਹਰ ਬੰਦਾ ਸੋਚਦਾ ਵੀ ਮੈਂ ਇੱਥੇ ਕੁ ਤੱਕ ਪਹੁੰਚਣਾ ਅਤੇ ਇੱਥੇ ਕੁ ਤੱਕ ਜਾਣਾ। ਅਤੇ ਜ਼ਿੰਦਗੀ 'ਚ ਦੇਖੋ ਸੁਪਨੇ ਜੋ ਮਰਜ਼ੀ ਨੇ, ਮੇਨ ਆਪਣਾ ਐਂਡ ਗੋਲ ਹੈਗਾ ਖੁਸ਼ ਰਹਿਣਾ, ਠੀਕ ਆ। ਵੀ ਜੇ ਆਪਾਂ ਆਪਣੇ ਗੋਲਸ ਅਚੀਵ ਕਰਕੇ ਵੀ ਖੁਸ਼ ਨਹੀਂ ਹੈਗੇ, ਫਿਰ ਉਹਦੇ ਗੋਲਸ ਦਾ ਵੀ ਕੋਈ ਪਰਪਸ ਨਹੀਂ ਹੈਗਾ, ਠੀਕ ਆ, ਕੋਈ ਮਤਲਬ ਨਹੀਂ ਹੈਗਾ। ਜੇ ਆਪਾਂ ਆਪਣੇ ਅੱਜ 'ਚ ਖੁਸ਼ ਨਹੀਂ ਹੈਗੇ, ਆਪਾਂ ਸੋਚਦੇ ਹਾਂ ਮੈਂ ਕੱਲ੍ਹ ਨੂੰ ਖੁਸ਼ ਹੋਊਂਗਾ, ਮੈਂ ਇਹ ਚੀਜ਼ ਪੂਰੀ ਹੋਈ ਤਾਂ ਖੁਸ਼ ਹੋਊਂਗਾ, ਉਹਦਾ ਕੋਈ ਮਤਲਬ ਨਹੀਂ ਹੈਗਾ। ਜੇ ਅੱਜ 'ਚ ਨਹੀਂ ਖੁਸ਼, ਕੱਲ੍ਹ ਵੀ ਨਹੀਂ ਹੋ ਸਕਦੇ, ਪਰਸੋਂ ਵੀ ਨਹੀਂ ਹੋ ਸਕਦੇ, ਕੋਈ ਚੀਜ਼ ਆਪਾਂ ਨੂੰ ਖੁਸ਼ ਨਹੀਂ ਦੇ ਸਕਦੀ। ਚੀਜ਼ਾਂ ਖੁਸ਼ੀ ਨਹੀਂ ਦੇ ਸਕਦੀਆਂ ਹੁੰਦੀਆਂ, ਸੁਪਨੇ ਖੁਸ਼ੀ ਨਹੀਂ ਦੇ ਸਕਦੀਆਂ ਹੁੰਦੀਆਂ। ਖੁਸ਼ ਆਪਾਂ ਨੂੰ ਆਪ ਰਹਿਣਾ ਪੈਣਾ, ਖੁਸ਼ੀ ਆਪਣੀ ਆਪ ਲੱਭਣੀ ਪੈਣੀ ਆ, ਡੇਲੀ ਰੂਟੀਨ 'ਚ ਲੱਭਣੀ ਪੈਣੀ ਆ, ਛੋਟੀ ਛੋਟੀ ਚੀਜ਼ਾਂ 'ਚ ਲੱਭਣੀ ਪੈਣੀ ਆ। ਅਤੇ ਕਾਫੀ ਮਤਲਬ ਵੀ ਕਲੀਸ਼ੇ ਜਿਹੀ ਚੀਜ਼ ਆ, ਠੀਕ ਆ, ਕਰਿੰਜ ਜੀ ਆ, ਬਟ ਅਸਲੀ ਆ, ਠੀਕ ਆ ਨਾ। ਹਰ ਬੰਦੇ ਨੂੰ ਬਾਅਦ 'ਚ ਰਿਅਲਾਈਜ਼ ਹੁੰਦਾ ਪੈਸਾ ਪੂਸਾ ਕਮਾ ਕੇ ਸਭ ਕੁਛ ਕਰਕੇ ਵੀ ਯਾਰ ਖੁਸ਼ੀ ਐਂਡ ਗੋਲਸ ਪੈਸਾ ਪੂਸਾ ਸਭ ਡਿਫਰੈਂਟ ਆ। ਬੰਦਾ ਥੋੜ੍ਹੇ 'ਚ ਵੀ ਖੁਸ਼ ਹੋ ਸਕਦਾ, ਬੰਦਾ ਜ਼ਿਆਦਾ 'ਚ ਵੀ ਖੁਸ਼ ਹੋ ਸਕਦਾ, ਉਹ ਆਪਣੇ 'ਤੇ ਡਿਪੈਂਡ ਕਰਦਾ ਵੀ ਆਪਾਂ ਆਪਣੀ ਲਾਈਫ ਕਿਹੋ ਜਿਹੀ ਜੀ ਰਹੇ ਹਾਂ, ਆਪਣੀ ਸੋਚ ਕਿਹੋ ਜਿਹੀ ਆ। ਤਾਂ ਖੁਸ਼ ਰਹਿਣ ਦਾ ਫਾਰਮੂਲਾ ਕੀ ਆ, ਠੀਕ ਆ। ਖੁਸ਼ ਰਹਿਣ ਦਾ ਫਾਰਮੂਲਾ ਹੈਗਾ ਗ੍ਰੇਟਫੁੱਲ ਹੋਣਾ। ਜੋ ਤੁਹਾਡੇ ਕੋਲ ਹੈਗਾ ਨਾ, ਘਾਟਾ ਵਾਧਾ ਜ਼ਿਆਦਾ ਥੋੜ੍ਹਾ ਜਿੰਨਾ ਕੁ ਵੀ ਹੈਗਾ, ਉਹਦੇ ਲਈ ਬਹੁਤ ਸ਼ੁਕਰਗੁਜ਼ਾਰ ਹੋ, ਰੱਬ ਦਾ ਬਹੁਤ ਥੈਂਕ ਯੂ ਕਰੋ ਵੀ ਯਾਰ ਬਹੁਤ ਆਇਰ ਤੁਰ ਫਿਰ ਰਹੇ ਹੋ, ਮਤਲਬ ਵੀ ਪੈਰ ਹੈਗੇ ਨੇ, ਹੱਥ ਪੈਰ ਚੱਲਦੇ ਫਿਰਦੇ ਨੇ, ਸ਼ੁਕਰਗੁਜ਼ਾਰ ਰਹੋ, ਮਤਲਬ ਯਾਰ ਤੁਰ ਰਿਹਾ ਯਾਰ ਮੈਂ, ਠੀਕ ਹੈ ਨਾ। ਗੋਲਸ ਗੋਲਸ ਯੇ ਉਹ ਸਭ ਹੁੰਦਾ ਰਹਿਣਾ, ਠੀਕ ਹੈ ਨਾ। ਹੁਣ ਮੈਂ ਇਹ ਕਿਉਂ ਕਹਿ ਸਕਿਆ ਵੀ ਯਾਰ ਛੋਟੀ ਸੋਚ ਵਾਲਿਆਂ ਤੋਂ ਮੈਨੂੰ ਐਂ ਹੁੰਦਾ ਵੀ ਯਾਰ ਕਦੇ ਕਦੇ ਜੈਲਸੀ ਹੁੰਦੀ ਆ, ਉਹਨਾਂ ਨੂੰ ਜ਼ਿਆਦਾ ਕੰਮ ਨਹੀਂ ਕਰਨਾ ਪੈਂਦਾ, ਠੀਕ ਹੈ ਨਾ। ਬਟ ਜੇ ਉਹ ਛੋਟੀ ਸੋਚ ਰੱਖ ਕੇ ਖੁਸ਼ ਨਹੀਂ ਹੈਗੇ ਜ਼ਿੰਦਗੀ 'ਚ, ਫਿਰ ਮੈਨੂੰ ਉਹਨਾਂ ਨਾਲ ਕੋਈ ਜੈਲਸੀ ਨਹੀਂ ਹੈਗੀ, ਠੀਕ ਹੈ ਨਾ। ਵੀ ਕੋਈ ਚੱਕਰ ਨਹੀਂ ਬ੍ਰਦਰ, ਲਾਈਕ ਮਤਲਬ ਵੀ ਖੁਸ਼ੀ ਮੇਨ ਆ, ਸੁਪਨੇ ਪੈਸਾ ਯੇ ਵੋ ਇੰਨਾ ਇੰਪੋਰਟੈਂਟ ਨਹੀਂ ਹੈਗਾ। ਜਿਹਦੇ ਥੋੜ੍ਹੇ ਸੁਪਨੇ ਜ਼ਿਆਦਾ ਬੜੇ ਹੁੰਦੇ ਨੇ ਨਾ, ਉਹਨੂੰ ਥੋੜ੍ਹੇ ਕੰਮ ਜ਼ਿਆਦਾ ਕਰਨਾ ਪੈਂਦਾ। ਹੁਣ ਲਾਈਕ ਮੇਰੇ ਥੋੜ੍ਹੇ ਸੁਪਨੇ ਬਹੁਤ ਜ਼ਿਆਦਾ ਬੜੇ ਨੇ, ਤਾਂ ਮੈਨੂੰ ਥੋੜ੍ਹੇ ਕੰਮ ਜ਼ਿਆਦਾ ਕਰਨਾ ਪੈਣਾ, ਤਾਂ ਕਰਕੇ ਮੈਨੂੰ ਕਦੇ ਕਦੇ ਐਂ ਹੁੰਦਾ ਯਾਰ ਵੀ ਜੇ ਸੁਪਨੇ ਛੋਟੇ ਜਿਹੇ ਹੁੰਦੇ ਨਾ, ਛੇਤੀ ਉਸਰਜਣਾ ਸੀਗਾ, ਛੇਤੀ ਮਤਲਬ ਵੀ ਮਿਹਨਤ ਜੀ ਘੱਟ ਕਰਨੀ ਪੈਣੀ ਸੀਗੀ। ਬਟ ਖੁਸ਼ ਮੈਂ ਅੱਜ ਵੀ ਹੈਗਾ, ਠੀਕ ਹੈ ਨਾ। ਮਤਲਬ ਵੀ ਖੁਸ਼ ਮੈਂ ਕੱਲ੍ਹ ਵੀ ਸੀਗਾ, ਅੱਜ ਵੀ ਹਾਂ, ਕੱਲ੍ਹ ਵੀ ਹੋਊਂਗਾ। ਬਟ ਇੱਕ ਚੀਜ਼ ਤੁਸੀਂ ਇਹ ਵੀ ਮਤਲਬ ਵੀ ਯਾਦ ਰੱਖਿਓ ਜ਼ਿੰਦਗੀ 'ਚ, ਆਪਾਂ 24 ਘੰਟੇ 7 ਦਿਨ 12 ਮਹੀਨੇ ਖੁਸ਼ ਨਹੀਂ ਰਹਿ ਸਕਦੇ, ਠੀਕ ਹੈ ਨਾ। ਮਤਲਬ ਵੀ ਲਾਈਫ ਹਮੇਸ਼ਾ ਸਰਕਲ 'ਚ ਚੱਲਦੀ ਹੁੰਦੀ ਆ, ਖੁਸ਼ੀ ਤੋਂ ਬਾਅਦ ਦੁੱਖ ਆਊਗਾ, ਦੁੱਖ ਤੋਂ ਬਾਅਦ ਬਹੁਤ ਦੁੱਖ ਆਊਗਾ, ਉਹ ਤੋਂ ਬਾਅਦ ਨੋਰਮਲ ਹੋਵੋਗੇ, ਨੋਰਮਲ ਤੋਂ ਬਾਅਦ ਖੁਸ਼ ਹੋਵੋਗੇ, ਫਿਰ ਬਹੁਤ ਖੁਸ਼ ਹੋਵੋਗੇ, ਫਿਰ ਨੋਰਮਲ ਹੋਵੋਗੇ, ਫਿਰ ਦੁਖੀ ਹੋਵੋਗੇ, ਫਿਰ ਬਹੁਤ ਦੁਖੀ ਹੋਵੋਗੇ, ਠੀਕ ਆ। ਇਹ ਸਰਕਲ ਆਈ ਚੱਲੂਗਾ, ਕਿਉਂਕਿ ਜੇ ਤੁਸੀਂ 24 ਘੰਟੇ ਖੁਸ਼ ਰਹਿਣ ਲੱਗ ਗਏ ਨਾ, ਤਾਂ ਖੁਸ਼ੀ ਨੋਰਮਲ ਹੋ ਜੂਗੀ। ਜਿਹੜੀ ਚੀਜ਼ ਨੋਰਮਲ ਆ ਉਹ ਤੁਹਾਨੂੰ ਐਕਸਾਈਟਮੈਂਟ ਨਹੀਂ ਦਊਗੀ, ਠੀਕ ਆ। ਜੇ ਤੁਹਾਡੇ ਕੋਲ ਬਹੁਤ ਪੈਸਾ ਨਾ ਵੀ ਜਿਹੜੀ ਮਰਜ਼ੀ ਚੀਜ਼ ਤੁਸੀਂ ਖਰੀਦ ਸਕਦੇ ਹੋ, ਤੁਹਾਨੂੰ ਪੈਸੇ ਦੀ ਵੈਲਿਊ ਖਤਮ ਹੋ ਜੂਗੀ, ਐਕਸਾਈਟਮੈਂਟ ਮੁੱਕ ਜੂਗੀ। ਜੇ ਤੁਸੀਂ ਤੰਗੀਆਂ ਦੇਖੀਆਂ ਹੋਈਆਂ ਨੇ ਤਾਂ ਤੁਹਾਡੇ ਕੋਲ ਪੈਸੇ ਦੀ ਵੈਲਿਊ ਹੋਊਗੀ, ਜੇ ਤੁਸੀਂ ਮਾੜਾ ਟਾਈਮ ਦੇਖਿਆ ਹੋਇਆ ਤਾਂ ਚੰਗੇ ਟਾਈਮ ਦੀ ਵੈਲਿਊ ਹੋਊਗੀ, ਜੇ ਤੁਸੀਂ ਦੁੱਖ ਦੇਖੇ ਹੋਏ ਨੇ ਤਾਂ ਹੀ ਖੁਸ਼ੀਆਂ ਦੀ ਵੈਲਿਊ ਹੋਊਗੀ। ਤਾਂ ਖੁਸ਼ ਰਹਿਣ ਦਾ ਫਾਰਮੂਲਾ ਇਹੀ ਆ ਵੀ ਛੋਟੀ ਛੋਟੀ ਚੀਜ਼ਾਂ 'ਚ ਖੁਸ਼ੀ ਲੱਭੋ, ਜਿੰਨਾ ਕੁ ਅੱਜ ਦਿੱਤਾ ਹੋਇਆ ਉਹ 'ਚ ਖੁਸ਼ ਰਹੋ, ਠੀਕ ਆ, ਅਤੇ ਜਿੰਨਾ ਕੁ ਤੁਹਾਨੂੰ ਚਾਹੀਦਾ ਉਹਦੇ ਵਾਸਤੇ ਮਿਹਨਤ ਕਰੋ। ਜੇ ਤੁਸੀਂ ਐਂ ਸੋਚ ਰਹੇ ਹੋ ਵੀ ਮੇਰੇ ਕੋਲ ਅੱਜ ਇੰਨਾ ਹੈਗਾ ਮੈਂ 'ਚ ਖੁਸ਼ ਨਹੀਂ ਹੈਗਾ, ਮੇਰੇ ਕੋਲ ਜਦ ਬਹੁਤ ਹੋ ਜੂਗਾ ਮੈਂ ਉਦੋਂ ਖੁਸ਼ ਹੋਊਂਗਾ, ਨਹੀਂ ਹੋ ਸਕਦੇ। ਅੱਜ ਜਿੰਨਾ ਹੈਗਾ ਉਹਦੇ 'ਚ ਵੀ ਖੁਸ਼ ਹੋਵੋ, ਜਿੰਨਾ ਚਾਹੀਦਾ ਉਹਦੇ ਲਈ ਮਿਹਨਤ ਵੀ ਕਰੋ, ਉਹ ਜਦ ਅਚੀਵ ਕਰ ਲਿਆ ਉਹ 'ਚ ਵੀ ਖੁਸ਼ ਹੋਇਓ, ਠੀਕ ਆ। 24 ਘੰਟੇ ਮਤਲਬ ਵੀ ਐਂ ਸੋਚੋ ਵੀ ਬਹੁਤ ਆਇਰ, ਠੀਕ ਆ, ਵੀ ਰੱਬ ਦਾ ਬਹੁਤ ਸ਼ੁਕਰ ਆ ਯਾਰ, ਬਹੁਤ ਵਧੀਆ ਜ਼ਿੰਦਗੀ ਜੀ ਰਿਹਾ, ਬਹੁਤ ਘੈਂਟ ਜੀ ਰਿਹਾ, ਠੀਕ ਆ। ਆਪਣੇ ਆਪ ਨੂੰ ਜਿਹੋ ਜਿਹਾ ਤੁਸੀਂ ਸੈਲਫ ਟਾਕ ਦੇਣ ਲੱਗ ਜਾਓਗੇ ਨਾ, ਉਹੀ ਜਿਹਾ ਤੁਹਾਡੀ ਬਾਡੀ ਫੀਲ ਕਰਨ ਲੱਗ ਜੂਗੀ, ਆਪਣੇ ਆਪ ਨੂੰ ਕਹਿਣ ਲੱਗ ਜਾਓਗੇ ਯਾਰ ਮੇਰੀ ਜ਼ਿੰਦਗੀ ਬਹੁਤ ਖਰਾਬ ਆ ਯਾਰ, ਖਰਾਬ ਆ ਯਾਰ, 24 ਘੰਟੇ ਦੁਖੀ ਰਹੋਗੇ, ਠੀਕ ਆ। ਕਿਉਂਕਿ
ਆਪਣਾ ਮਤਲਬ ਵੀ ਨਾ, ਜਿਵੇਂ ਆਪਾਂ ਕੰਪਿਊਟਰ ਨੂੰ ਜਿਹੜੀ ਕਮਾਂਡ ਦਿੰਦੇ ਹਾਂ ਉਹ ਉਹੀ ਕਰਦਾ, ਠੀਕ ਆ। ਆਪਾਂ ਆਪਣੇ ਮਾਇੰਡ ਨੂੰ, ਆਪਣੇ ਮਤਲਬ ਵੀ ਬ੍ਰੇਨ ਨੂੰ ਜਿਹੜੀ ਕਮਾਂਡ ਦੇਵਾਂਗੇ ਨਾ ਉਹ ਉਵੇਂ ਫੀਲ ਕਰੂਗਾ। ਜੇ ਤੁਸੀਂ ਉਹਨੂੰ ਕਮਾਂਡ ਦੇਈ ਜਾਓਗੇ ਮੇਰੀ ਜ਼ਿੰਦਗੀ ਖਰਾਬ ਆ, ਮੇਰੀ ਜ਼ਿੰਦਗੀ ਖਰਾਬ ਆ, ਮੇਰੀ ਜ਼ਿੰਦਗੀ ਖਰਾਬ ਆ, ਉਹਨੇ ਖਰਾਬ ਹੀ ਕਰ ਲੈਣੀ ਆ, ਉਹਨੇ ਦੁਖੀ ਰਹੀ ਜਾਣਾ। ਜੇ ਤੁਸੀਂ ਆਪਣੇ ਆਪ ਨੂੰ ਕਮਾਂਡ ਦੇਈ ਜਾਓਗੇ ਵੀ ਯਾਰ ਘੈਂਟ ਆ, ਬਹੁਤ ਵਧੀਆ, ਇਹ ਵਧੀਆ ਹੋ ਰਿਹਾ, ਇਹ ਵਧੀਆ ਹੋ ਰਿਹਾ, ਇਹ ਵਧੀਆ ਹੋ ਰਿਹਾ, ਵਧੀਆ ਚੱਲ ਰਿਹਾ, ਠੀਕ ਆ। ਹੁਣ ਕੰਮ ਕਾਰ 'ਚ ਮਤਲਬ ਪ੍ਰੋਬਲਮਸ ਆਉਂਦੀਆਂ ਨੇ, ਡੇਰੀ ਫਾਰਮ 'ਚ ਪ੍ਰੋਬਲਮਸ ਆਉਂਦੀਆਂ ਨੇ, ਅੱਜ ਬੜੀ ਪ੍ਰੋਬਲਮ ਆਈ ਹੈ ਇੱਕ, ਠੀਕ ਆ, ਸੋਲਵ ਕੀਤੀ ਆ, ਬਾਅਦ 'ਚ ਦੱਸੂੰਗਾ ਕਦੇ ਕੀ ਪ੍ਰੋਬਲਮ ਸੀਗੀਆਂ, ਠੀਕ ਆ। ਹੁਣ ਉਹਨੂੰ ਦੇਖਣ ਦਾ ਨਜ਼ਰੀਆ ਕੀ ਆ, 50 ਮੈਸਾਂ ਨੇ, ਠੀਕ ਆ, ਇੱਕ 'ਚ ਪ੍ਰੋਬਲਮ ਆਈ ਆ, ਇੱਕ ਨੂੰ ਦੇਖ ਕੇ ਜਾਂ ਤਾਂ ਮੈਂ ਬਹੁਤ ਦੁਖੀ ਹੋ ਸਕਦਾ ਜਾਂ ਬਾਕੀ 49 ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋ ਸਕਦਾ ਵੀ ਬਾਕੀ ਤਾਂ ਠੀਕ ਨੇ, ਬਾਕੀ ਤਾਂ ਘੈਂਟ ਆ, ਬਾਕੀ ਤਾਂ ਬਹੁਤ ਵਧੀਆ ਚੱਲ ਰਿਹਾ, ਹੈ ਨਾ, ਇਹ ਨਜ਼ਰੀਆ। ਤਾਂ ਖੁਸ਼ੀ ਨਜ਼ਰੀਆ, ਖੁਸ਼ੀ ਪਰਸਪੈਕਟਿਵ ਆ ਵੀ ਆਪਾਂ ਲਾਈਫ ਨੂੰ ਕਿਵੇਂ ਦੇਖ ਰਹੇ ਹਾਂ। ਜੋ ਆਪਣੇ ਕੋਲ ਨਹੀਂ ਹੈਗਾ ਉਹਦੇ ਵਾਸਤੇ ਦੁਖੀ ਹੋਣਾ ਜਾਂ ਜੋ ਹੈਗਾ ਉਹਦੇ ਲਈ ਖੁਸ਼ ਹੋਣਾ, ਠੀਕ ਆ, ਇਹ ਨਜ਼ਰੀਆ। ਦੇਖੋ ਇੱਛਾਵਾਂ ਆਪਣੀਆਂ ਕਦੇ ਖਤਮ ਨਹੀਂ ਹੋਣੀਆਂ, ਬੰਦਾ ਮੁੱਕ ਜਾਂਦਾ, ਇੱਛਾਵਾਂ ਨਹੀਂ ਮੁੱਕਦੀਆਂ ਹੈਗੀਆਂ ਅਤੇ ਖਤਮ ਹੋਣੀਆਂ ਵੀ ਨਹੀਂ ਚਾਹੀਦੀਆਂ ਹੈਗੀਆਂ, ਠੀਕ ਆ। ਕਿਉਂਕਿ ਲਾਈਫ ਨੂੰ ਪਰਪਸ ਦੇਣ ਵਾਸਤੇ ਕੋਈ ਨਾ ਕੋਈ ਚੀਜ਼ ਦਿਮਾਗ 'ਚ ਘੁੰਮਣੀ ਚਾਹੀਦੀ ਹੈ ਵੀ ਮੈਂ ਨੈਕਸਟ ਇਹ ਕਰਨਾ, ਨੈਕਸਟ ਇਹ ਕਰਨਾ, ਨੈਕਸਟ ਇਹ ਕਰਨਾ, ਠੀਕ ਆ। ਫਿਰ ਲਾਈਫ ਨਾਲ ਥੋੜ੍ਹੀ ਐਕਸਾਈਟਿੰਗ ਜੀ ਰਹਿੰਦੀ ਹੈ ਵੀ ਯਾਰ ਅਗਲਾ ਟਾਰਗੇਟ ਆਪਾਂ ਨੂੰ ਪਤਾ ਹੁੰਦਾ ਵੀ ਆਪਣੇ ਕੋਲ ਕੀ ਆ। ਜਿਹਦੇ ਕੋਲ ਟਾਰਗੇਟ ਮੁੱਕ ਜਾਂਦੇ ਨੇ ਜ਼ਿੰਦਗੀ 'ਚ ਉਹਨੂੰ ਆਏ ਫੀਲ ਹੋਣ ਲੱਗ ਜਾਂਦਾ ਯਾਰ ਵੀ ਜ਼ਿੰਦਗੀ ਮੁੱਕ ਗਈ, ਹੁਣ ਮੈਂ ਕੁਛ ਨਹੀਂ ਕਰਨਾ, ਹੁਣ ਖਤਮ ਆ ਵੀ ਯਾਰ, ਹੁਣ ਮੈਂ ਉਹੀ ਟਾਈਮ ਪਾਸ ਕਰ ਰਿਹਾ ਵੀ ਖਤਮ ਆ ਯਾਰ, ਠੀਕ ਆ। ਤਾਂ ਹਮੇਸ਼ਾ ਇੱਕ ਟਾਰਗੇਟ ਅਚੀਵ ਕਰਨ ਤੋਂ ਬਾਅਦ ਦੂਜਾ ਟਾਰਗੇਟ ਰੱਖੋ, ਫਿਰ ਤੀਜਾ ਰੱਖੋ, ਫਿਰ ਚੌਥਾ ਰੱਖੋ। ਜੇ ਹੁਣ ਅਭਿਨਵ ਬਿੰਦਰਾ ਸੀਗੇ, ਠੀਕ ਆ, ਓਲੰਪੀਅਨ ਗੋਲਡ ਮੈਡਲਿਸਟ ਸ਼ੂਟਿੰਗ 'ਚ, ਠੀਕ ਆ, ਉਹਨਾਂ ਦਾ ਟਾਰਗੇਟ ਸ਼ੁਰੂ ਤੋਂ ਸੀਗਾ ਮੈਂ ਗੋਲਡ ਮੈਡਲ ਲੈ ਕੇ ਆਉਣਾ ਓਲੰਪਿਕਸ 'ਚ। ਜਦੋਂ ਅਚੀਵ ਕਰ ਲਿਆ, ਪਰਪਸ ਖਤਮ ਹੋ ਗਿਆ, ਗੋਲ ਖਤਮ ਹੋ ਗਿਆ, ਨੈਕਸਟ ਟਾਰਗੇਟ ਹੈ ਹੀ ਨਹੀਂ ਸੀਗਾ ਦਿਮਾਗ 'ਚ, ਤਾਂ ਉਹ ਥੋੜ੍ਹੇ ਮਤਲਬ ਵੀ ਦੁਖੀ ਹੋ ਗਏ ਸੀ ਯਾਰ ਵੀ ਮੈਂ ਹੁਣ ਜ਼ਿੰਦਗੀ 'ਚ ਕੀ ਕਰਾਂ ਯਾਰ, ਵੀ ਹੈ ਹੀ ਨਹੀਂ ਗਾ ਕੁਛ ਕਰਨ ਨੂੰ, ਠੀਕ ਆ। ਤਾਂ ਹਮੇਸ਼ਾ ਕੋਈ ਨਾ ਕੋਈ ਇੱਛਾ ਹੋਣੀ ਚਾਹੀਦੀ ਹੈ, ਇੱਛਾਵਾਂ ਕਦੇ ਵੀ ਮੁੱਕਣੀਆਂ ਨਹੀਂ ਹੈਗੀਆਂ, ਬਟ ਇੱਛਾ ਅਤੇ ਖੁਸ਼ੀ ਦੀ ਲਿੰਕ ਨਹੀਂ ਕਰਨਾ, ਠੀਕ ਆ। ਇਹ ਨਹੀਂ ਕਹਿਣਾ ਵੀ ਜਦ ਉਹ ਇੱਛਾ ਪੂਰੀ ਹੋਊਗੀ ਮੈਂ ਉਦੋਂ ਖੁਸ਼ ਹੋਊਂਗਾ, ਨਹੀਂ। ਅੱਜ ਜੋ ਹੈਗਾ, ਅੱਜ ਸਾਈਕਲ ਆ, ਇਹ 'ਚ ਵੀ ਬਹੁਤ ਖੁਸ਼ ਹੋਵੋ, ਕੱਲ੍ਹ ਛੋਟੀ ਗੱਡੀ ਆ ਗਈ ਉਹ 'ਚ ਵੀ ਖੁਸ਼ ਹੋਇਓ, ਪਰਸੋਂ ਬੜੀ ਗੱਡੀ ਲੈ ਲਈ ਉਹ 'ਚ ਵੀ ਖੁਸ਼ ਹੋਇਓ, ਠੀਕ ਆ। ਜੇ ਸਾਈਕਲ 'ਤੇ ਜ਼ਿਆਦਾ ਖੁਸ਼ੀ ਆ, ਬੜੀ ਗੱਡੀ 'ਚ ਘੱਟ ਖੁਸ਼ੀ ਆ, ਫਿਰ ਤੁਸੀਂ ਸਕਸੈਸਫੁਲ ਨਹੀਂ ਹੋਏ ਜ਼ਿੰਦਗੀ 'ਚ, ਫਿਰ ਤੁਸੀਂ ਦੁਖੀ ਹੋਏ ਹੋ, ਠੀਕ ਆ, ਮਤਲਬ ਵੀ ਅਨਸਕਸੈਸਫੁਲ ਬਣੇ ਹੋ। ਤਾਂ ਖੁਸ਼ੀ ਆਪਣੇ ਪਰਸਪੈਕਟਿਵ 'ਤੇ ਡਿਪੈਂਡ ਕਰਦੀ ਆ, ਆਪਣੀ ਸੋਚ 'ਤੇ ਡਿਪੈਂਡ ਕਰਦੀ ਆ। ਕਿਸੇ ਬੰਦੇ ਕੋਲ ਕੁਛ ਨਹੀਂ ਹੁੰਦਾ ਹੈਗਾ, ਠੀਕ ਆ, ਫਿਰ ਵੀ ਬਹੁਤ ਖੁਸ਼ ਹੁੰਦੇ ਨੇ। ਤੁਸੀਂ ਕਈ ਵਾਰ ਇੰਸਟਾਗ੍ਰਾਮ 'ਤੇ ਵੀਡੀਓਜ਼ ਦੇਖੇ ਹੋਣੀਆਂ, ਜਵਾਕ ਨੰਗੇ ਪੈਰੀ ਭੱਜ ਰਹੇ ਨੇ, ਖੇਡ ਰਹੇ ਨੇ, ਕਿੰਨੇ ਖੁਸ਼ ਨੇ, ਹੈ ਨਾ। ਇੱਕ ਬੰਦੇ ਕੋਲ ਕਰੋੜਾਂ ਸਭ ਕੁਛ ਹੈਗਾ, ਸਭ ਕੁਛ ਮਤਲਬ ਵੀ ਪਿਆ, ਫਿਰ ਵੀ ਖੁਸ਼ ਨਹੀਂ ਹੈਗਾ, ਮਤਲਬ ਉਹ ਫਿਰ ਮਤਲਬ ਵੀ ਮਤਲਬ ਨਹੀਂ ਬਣਦਾ ਨਾ ਯਾਰ। ਹਰ ਟਾਈਮ ਆਏ ਹੋਣਾ ਚਾਹੀਦਾ ਯਾਰ, ਬਹੁਤ ਆ ਜ਼ਿੰਦਗੀ, ਬਹੁਤ ਘੈਂਟ ਆ ਜ਼ਿੰਦਗੀ 'ਚ। ਪੋਜ਼ਿਟਿਵ ਦੇਖੋ, ਜਿੰਨਾ ਪੋਜ਼ਿਟਿਵ ਦੇਖਣ ਦੀ ਕੋਸ਼ਿਸ਼ ਕਰੋਗੇ ਉਨਾ ਤੁਸੀਂ ਵਧੀਆ ਫੀਲ ਕਰੋਗੇ, ਵਧੀਆ ਫੀਲ ਕਰੋਗੇ, ਖੁਸ਼ ਰਹੋਗੇ। 24 ਘੰਟੇ ਆਏ ਨਹੀਂ ਹੋ ਸਕਦਾ ਵੀਰ ਮੈਂ ਹੱਸਦਾ ਹੀ ਰਵਾਂ, ਹੱਸਦੇ ਰਵਾਂ, ਨੋਰਮਲ ਵੀ ਹੋਵਾਂਗੇ, ਦੁੱਖ ਵੀ ਆਉਣਗੇ, ਸਭ ਕੁਛ ਵੀ ਆਊਗਾ, ਬਟ ਖੁਸ਼ੀ ਨੂੰ ਕਿਸੇ ਚੀਜ਼ ਨਾਲ ਲਿੰਕ ਨਹੀਂ ਕਰਨਾ, ਆਪਣੀ ਖੁਸ਼ੀ ਨੂੰ ਕਿਸੇ ਗੋਲ ਨਾਲ ਲਿੰਕ ਨਹੀਂ ਕਰਨਾ, ਕਿਸੇ ਪਰਪਸ ਨਾਲ ਲਿੰਕ ਨਹੀਂ ਕਰਨਾ। ਇਹ ਸੋਚਣਾ ਵੀ ਅੱਜ ਦੀ ਹਾਲ ਘੜੀ ਘੈਂਟ ਆ, ਠੀਕ ਆ, ਕੱਲ੍ਹ ਦੇ ਇਹ ਵਾਸਤੇ ਮੈਂ ਮਿਹਨਤ ਕਰ ਰਿਹਾ, ਉਹ ਮੇਰਾ ਚੱਲਦਾ ਰਹੂਗਾ, ਕੋਈ ਚੱਕਰ ਨਹੀਂ ਹੈਗਾ। ਤਾਂ ਸੀਕਰੇਟ ਫਾਰਮੂਲਾ ਵਗੈਰਾ ਕੁਛ ਨਹੀਂ ਹੈਗਾ। ਜਿਹੜਾ ਬੰਦਾ ਖੁਸ਼ ਹੋਣਾ ਸਿੱਖ ਗਿਆ ਨਾ ਛੋਟੀ ਛੋਟੀ ਚੀਜ਼ਾਂ 'ਚ, ਉਹ ਸਦਾ ਖੁਸ਼ ਰਹੂਗਾ। ਅਤੇ ਜਿਹੜਾ ਬੰਦਾ ਨਹੀਂ ਸਿੱਖ ਪਾਇਆ, ਨਹੀਂ ਮਤਲਬ ਵੀ ਕਹਿ ਸਕਿਆ, ਠੀਕ ਆ, ਆਪਣੇ ਆਪ ਨੂੰ ਵੀ ਮੈਂ ਖੁਸ਼ ਹਾਂ, ਠੀਕ ਆ, ਉਹ ਨਹੀਂ ਹੋ ਸਕਦਾ। ਜਿੰਨਾ ਮਰਜ਼ੀ ਉਹਦੇ ਕੋਲ ਪੈਸਾ ਆ ਜਾਵੇ, ਜਿੰਨੀ ਮਰਜ਼ੀ ਚੀਜ਼ਾਂ ਆ ਜਾਵੇ, ਸਕਸੈਸ ਪੈਸੇ ਨਾਲ ਨਹੀਂ ਮੈਟਰ, ਮਤਲਬ ਵੀ ਉਹ ਹੁੰਦੀ ਤੋਲੀ ਜਾਂਦੀ, ਸਕਸੈਸ ਐਂ ਤੋਲੀ ਜਾਂਦੀ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਕਿੰਨੇ ਕੁ ਸੈਟਿਸਫਾਈਡ ਹੋ, ਕਿੰਨੇ ਕੁ ਖੁਸ਼ ਹੋ ਅੱਜ 'ਚ, ਮਤਲਬ ਵੀ ਖੁਸ਼ੀ। ਬਟ ਜੋ ਚਾਹੀਦਾ ਉਹਦੇ ਲਈ ਮਿਹਨਤ, ਠੀਕ ਆ, ਇਹ ਚੀਜ਼ਾਂ ਨੇ, ਅਤੇ ਜ਼ਿੰਦਗੀ ਚੱਲਦੀ ਰਹਿਣੀ ਹੈ, ਘੈਂਟ ਆ ਯਾਰ, ਮਤਲਬ ਵੀ ਇਹ ਤਾਂ ਚੱਲੀ ਹੋਈ ਜਾਣਾ, ਠੀਕ ਆ। ਆਪਣੀ ਖੁਸ਼ੀ ਆਪਾਂ ਨੂੰ ਆਪ ਲੱਭਣੀ ਪੈਣੀ ਆ, ਲਾਈਫ ਸਾਈਕਲ ਆ। ਦੁੱਖ ਵੀ ਆਉਣਗੇ, ਮਾੜੀ ਸਿਹਤ ਵੀ ਆਊਗੀ, ਚੰਗੀ ਸਿਹਤ ਵੀ ਆਊਗੀ,
ਆਪਾਂ ਆਪਣਾ ਜੋ ਬੈਸਟ ਦੇ ਸਕਦੇ ਹਾਂ ਆਪਣਾ ਬੈਸਟ ਦਿਓ, ਬਾਕੀ ਜੋ ਹੋ ਰਿਹਾ ਉਹਨੂੰ ਅਸੈਪਟ ਕਰੋ, ਬਾਕੀ ਜੋ ਚੇਂਜ ਕਰ ਸਕਦੇ ਚੇਂਜ ਕਰੋ, ਨਹੀਂ ਕਰ ਸਕਦੇ ਉਹਨੂੰ ਅਸੈਪਟ ਕਰਕੇ ਖੁਸ਼ ਰਹੋ। ਤਾਂ ਇਹੀ ਆ, ਇਹੀ ਜ਼ਿੰਦਗੀ ਆ, ਜਿਹੜਾ ਜਿੰਨੀ ਛੇਤੀ ਸਮਝ ਗਿਆ ਜ਼ਿੰਦਗੀ ਨੂੰ ਓਨਾ ਉਹ ਘੈਂਟ ਰਹੂਗਾ, ਘੈਂਟ ਜ਼ਿੰਦਗੀ ਜੀਊਗਾ। ਜਿਹੜਾ ਜ਼ਿੰਦਗੀ ਦੇ ਸਾਈਕਲ ਨੂੰ ਨਹੀਂ ਸਮਝ ਸਕਿਆ ਉਹ ਸਾਰੀ ਉਮਰ ਦੁਖੀ ਰਹੂਗਾ। ਅਤੇ ਇਹ ਆਪਣੀ ਅੱਜ ਦੀ ਵੀਡੀਓ ਸੀ, ਵਧੀਆ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮੱਚ ਜੀ ਵੀਡੀਓ ਦੇਖਣ ਵਾਸਤੇ, ਥੈਂਕ ਯੂ ਜੀ।